ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੰਗੀਆਂ ਖਬਰਾਂ ਸਰਕਾਰ ਵੱਲੋਂ ਲੋਕ ਸਭਾ 'ਚ ਪੇਸ਼ ਕੀਤੇ ਗਏ ਵਾਈਟ ਪੇਪਰ ਤੇ ਚਰਚਾ ਅੱਜ ਰਾ ਸਭਾ ਦੇ ਪਟਲ ਤੇ ਅੱਜ ਰੱਖਿਆ ਜਾਵੇਗਾ ਵਾਈਟ ਪੇਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰੀ ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਦੀ ਕੀਤੀ ਸ਼ਲਾਗ ਕਿ ਆ ਰੇਲਵੇ ਪ੍ਰੋਜੈਕਟਾਂ ਦੀ ਮਨਜ਼ੂਰੀ ਨਾਲ ਬੁਨਿਆਦੀ ਟਾਂਚੇ ਨੂੰ ਮਿਲੇਗਾ ਹੁਲਾਰਾ ਵਿਦੇਸ਼ ਮੰਤਰਾਲੇ ਅਨੁਸਾਰ ਦੂਜੇ ਦੇਸ਼ਾਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਪਰਤ ਦੀ ਨੀਤੀ ਨਹੀਂ ਪੰਜਾਬ ਸਰਕਾਰ ਵੱਲੋਂ ਖੇਤਾਂ ਦੀ ਰੈਨਖੂਨ ਦੇ ਪ੍ਰਬੰਧਨ ਲਈ 7 ਕੰਪਰੈਸਡ ਬਾਇਓ ਗੈਸ ਪ੍ਰੋਜੈਕਟ ਸ਼ੁਰੂ ਕਰਨ ਦੀ ਤਜਵੀਜ਼ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਸੇਫ ਅੰਡਰ 19 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚ ਅਜ ਪ੍ਰਸ਼ਨ ਕਾਲ ਤੋਂ ਬਾਅਦ ਸਾਲ 2014 ਤੋਂ ਪਹਿਲਾਂ ਦੀ ਦੇਸ਼ ਦੀ ਆਰਥਿਕ ਸਥਿਤੀ ਤੇ ਚਰਚਾ ਹੋਵੇਗੀ ਸਰਕਾਰ ਵੱਲੋਂ ਕੱਲ ਸੰਸਦ ਵਿੱਚ ਲਿਆਂਦੇ ਗਏ ਵਾਈਟ ਪੇਪਰ ਦੇ ਨਿਯਮ 342 ਦੇ ਤਹਿਤ ਮਤਾ ਲਿਆ ਕੇ ਚਰਚਾ ਸ਼ੁਰੂ ਕੀਤੀ ਜਾਪੇਗੀ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਕੱਲ ਸੰਸਦ ਵਿੱਚ ਵਾਈਟ ਪੇਪਰ ਪੇਸ਼ ਕੀਤਾ ਸੀ ਇਸ ਵਿਚ ਸਾਲ 2004 ਤੋਂ 2014 ਤੱਕ ਦੇਸ਼ ਵਿੱਚ ਯੂਪੀਏ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਆਰਥਿਕ ਉਪਰਬੰਧਨ ਦੇ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਇਲਾਵਾ ਸੀਤਾਰਮਨ ਵਾਈਟ ਪੇਪਰ ਨੂੰ ਰਾਜ ਸਭਾ ਵਿੱਚ ਵੀ ਪੇਸ਼ ਕਰਨਗੇ ਰਾਜ ਸਭਾ ਚ ਅੱਜ ਕਈ ਅਹਿਮ ਬਿੱਲਾਂ ਨੂੰ ਚਰਚਾ ਤੋਂ ਬਾਅਦ ਪਾਸ ਕਰਨ ਲਈ ਸੂਚੀ ਬਣਗੀਤਾ ਹੈ ਜਿਨ੍ਹਾਂ ਚ ਲੋਕਪ੍ਰੀਖਿਆ ਨੂੰ ਰੋਕਣ ਦਾ ਬਿੱਲ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਸਥਾਨਕ ਸਰਕਾਰਾਂ ਕਾਨੂੰਨ ਸੋਧ ਬਿੱਲ 2024 ਵੀ ਲੋਕ ਸਭਾ ਚ ਪੇਸ਼ ਕੀਤਾ ਜਾ ਫਿਕਾ ਸਰਕਾਰ ਨੇ ਸੰਸਦੀ ਕਾਰਵਾਈ ਇੱਕ ਦਿਨ ਲਈ ਹੋਰ ਬਤਾ ਦਿੱਤੀਏ ਤੇ ਇਹ ਹੁਣ ਪਲਕ ਤੱਕ ਜਾਰੀ ਰਹੇਗੀ ਭਾਰਤੀ ਖੇਤੀ ਖੋਜ ਸੰਸਥਾਨ ਅਜ ਆਪਣਾ ਬਾਠਮਾ ਕਰਮੋਕਸ਼ਨ ਸਮਾਰੋਹ ਆਯੋਜਿਤ ਕਰੇਗਾ ਨਵੀਂ ਦਿੱਲੀ ਵਿਖੇ ਰਾਸ਼ਟਰੀ ਖੇਤੀ ਵਿਗਿਆਨ ਕੰਪਲੈਕਸ ਦੇ ਭਾਰਤ ਰਤਨ ਸੀ ਸੁਬ੍ਰਹਮਨੀਅਮ ਹਾਲ ਵਿੱਚ ਆਯੋਜਿਤ ਹੋ ਰਿਹਾ ਇਸ ਕਰਮੋਕਸ਼ਨ ਸਮਾਗਮ ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਕੇਂਦਰੀ ਖੇਤੀ ਤੇ ਕਿਸਾਨ ਪੁਲਾਈ ਮੰਤਰੀ ਅਰਜੁਨ ਮੁੰਡਾ ਅਤੇ ਖੇਤੀ ਤੇ ਪਰਿਵਾਰ ਪੁਲਾਈ ਰਾਜ ਮੰਤਰੀ ਕੇਲਾਸ਼ ਚੌਧਰੀ ਇਸ ਪ੍ਰੋਗਰਾਮ ਚ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਣਗੇ ਕਰਮੋਕਸ਼ਨ ਸਮਾਰੋਹ ਦੌਰਾਨ 5 ਵਿਦੇਸ਼ੀ ਵਿਦਿਆਰਥੀਆਂ ਸਮੇਤ 543 ਵਿਦਿਆਰਥੀਆਂ ਨੂੰ ਖੇਤੀ ਵਿਗਿਆਨ ਦੇ 2 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕੈਬਨਿਟ ਵੱਲੋਂ ਲੈ ਕੇ ਕਈ ਫੈਸਲਿਆਂ ਦੀ ਛਲਾਗਾ ਕੀਤੀ ਅਤੇ ਕਿਹਾ ਕਿ ਰੇਲਵੇ ਪ੍ਰੋਜੈਕਟਾਂ ਦੀ ਮਨਜ਼ੂਰੀ ਨਾਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲੇਗਾ ਤੇ ਰੇਲਵੇ ਰੂਟਾਂ ਤੇ ਭੀੜ ਘਟੇਗੀ। ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਇਸ ਨਲਬਾਪਾਰ ਦੇ ਨਾਲ-ਨਾਲ ਕਨੈਕਟੀਵਿਟੀ ਵਿੱਚ ਵੀ ਸੁਧਾਰ ਆਵੇਗਾ। ਉਨ੍ਹਾਂ ਕਿਹਾ ਮੱਛੀ ਪਾਲਣ ਅਤੇ ਜਲ ਸੱਭਿਆਚਾਰ ਦੇ ਬੁਨਿਆਦੀ ਢਾਂਚਾ ਵਿਕਾਸ ਫੰਡ ਨਾਲ ਮੱਛੀ ਪਾਲਣ ਅਤੇ ਐਕਵਾ ਕਲਚਰ ਬੁਨਿਆਦੀ ਢਾਂਚਾ ਵਿਕਾਸ ਫੰਡ ਦਾ ਵਿਸਥਾਰ ਮੱਛੀ ਪਾਲਣ ਖੇਤਰ ਵਿੱਚ ਲੋਕਾਂ ਲਈ ਕਰਜ਼ੇ ਦੀ ਪਹੁੰਚ ਨੂੰ ਯਕੀਨੀ ਬਣਾਏ ਨੂ ਹਲਾਰਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐਮ ਮਤਸੇ ਕਿਸਾਨ ਸਮਰiddhi ਸਹਾਇਤਾ ਯੋਜਨਾ ਜਿਸ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਮੱਛੀ ਪਾਲਣ ਖੇਤਰ ਨੂੰ ਵਿਸ਼ੇਸ਼ ਤੌਰ ਤੇ ਲੱਗੂ ਸੂਖਮ ਮੱਤੇ ਦਰਮਿਆਨ ਨੇ ਉਦਮ ਨਾਲ ਜੁੜੇ ਖੇਤਰ ਨੂੰ ਉਤਸ਼ਾਹਿਤ ਕਰੇਗਾ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਲਰਨਿੰਗ ਮੈਨੇਜਮੈਂਟ ਸਿਸਟਮ, ਖੇਤੀ ਰક્ષਕ ਪੋਰਟਲ, ਹੈਲਪਲਾਈਨ ਤੇ ਸਾਰਥੀ ਪਹਿਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਨਨਲ ਬੀਮਾ ਕਰਵਾਉਣ ਵਾਲੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਤੇ ਉਹਨਾਂ ਦਾ ਖੇਤੀ ਖੇਤਰ ਵਿੱਚ ਖਤਰਾ ਵੀ ਘਟੇਗਾ। ਚੋਨ ਕਮਿਸ਼ਨ ਨੇ 15 ਸੂਬਿਆਂ ਦੀਆਂ 56 ਰਾਜ ਸਭਾ ਦੀਆਂ ਸੀਟਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਨ੍ਹਾਂ ਸੀਟਾਂ 'ਚ 20 ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਬਿਹਾਰ ਦੀਆਂ 6-6, ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਦੀਆਂ 5-5, ਗੁਜਰਾਤ ਤੇ ਕਰਨਾਟਕ ਦੀਆਂ 4-4, ਤੇਲੰਗਾਨਾ, ਆਂਧਰਾ ਪ੍ਰਦੇਸ਼, ਰਾਜਸਥਾਨ ਤੇ ਉੜੀਸਾ ਦੀਆਂ 3-3 ਉਤਰਾਖੰਡ, ਛੱਤੀਸਗੜ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀ 1-1 ਸੀਟ ਸ਼ਾਮਿਲ ਹੈ। ਰਾਜ ਸਭਾ ਦੇ ਪੰਜਾਬ ਮੈਂਬਰਾਂ ਦਾ ਕਾਰਜਕਾਲ 2 ਅਪ੍ਰੈਲ ਨੂੰ ਅਤੇ 6 ਮੈਂਬਰਾਂ ਦਾ 3 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਇਹਨਾਂ ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ 15 ਫਰਵਰੀ ਹੈ। 16 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਤੇ 20 ਫਰਵਰੀ ਨੂੰ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। ਚੋਣਾਂ ਲਈ ਵੋਟਾਂ 27 ਫਰਵਰੀ ਨੂੰ ਪਵਾਈਆਂ ਜਾਣਗੀਆਂ ਤੇ ਉਸੇ ਦਿਨੀ ਵੋਟਾਂ ਦੀ ਗਿਣਤੀ ਹੋਵੇਗੀ। ਫਿਜੀ ਦੇ ਉਪਰ ਪ੍ਰਧਾਨ ਮੰਤਰੀ ਵਿਮਾਨ ਪ੍ਰਸਾਦ ਅਯੁੱਧਿਆਚ ਰਾਮ ਮੰਦਰ ਦੇ ਦਰਸ਼ਨ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਬਣ ਗਏ ਨੇ ਪ੍ਰਸਾਦ ਨੇ 6 ਮੈਂਬਰੀ ਬਫਦ ਨਾਲ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕੀਤੇ ਉਹਨਾਂ ਨੇ ਕਿਹਾ ਕਿ ਰਾਮ ਲੱਲਾ ਦਾ ਮੰਦਰ ਫਿਜੀ ਅਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਉਹਨਾਂ ਨੇ ਕਿਹਾ ਕਿ ਫਿਜੀ ਦਾ ਪ੍ਰਸ਼ਾਸਨ ਨਿਆਂ ਤੇ ਨੀਤੀ ਨਿਰਧਾਰਨ ਵੀ ਭਗਵਾਨ ਰਾਮ ਦੇ ਜੀਵਨ ਤੋਂ ਪ੍ਰੇਰਿਤ ਹੈ ਉਹਨਾਂ ਇਹ ਵੀ ਦੱਸੇ ਕਿ ਦੀਵਾਲੀ ਦੇ ਤਿਉਹਾਰ ਦੇ ਦਿਨ ਫਿਜੀ 'ਚ ਛੁੱਟੀ ਰਹਿੰਦੀ ਹੈ ਬਹੁਤ ਹੀ ਪੁਰਾਣੀ ਹੈ गिरमित प्रथा इंडर सिस्टम के समय से और आज भी तो भारत के इस दौरे पर अन्य जो मेरी सभाएं भारत के विदेश मंत्री अन्य जो पदाधिकारी ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਸੁਨੀਲ ਸ਼ਰਮਾ ਨੇ 633 ਸਰਦਾਲੂਆਂ ਨਾਲ ਇੱਕ ਵਿਸ਼ੇਸ਼ ਰੇਲਗੱਡੀ ਨੂੰ ਪਠਾਨਕੋਟ ਤੋਂ ਯੋਧਿਆਲੀ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ। ਰੇਲਵੇ ਨੇ ਸਰਦਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ। ਸਰਦਾਲੂਆਂ ਨੇ ਅਯੁੱਧਿਆ ਯਾਤਰਾ ਲਈ ਭਗਵਾਨ ਜੀ ਦੀ ਰਾਮ ਦੇ ਜੈਕਾਰੇ ਲਗਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਭਗਵਾਨ ਰਾਮ ਨੇ ਉਹਨਾਂ ਨੂੰ ਆਪਣੇ ਦਰਸ਼ਨ ਦੇਣ ਲਈ ਅਯੁੱਧਿਆ ਬੁਲਾਇਆ। ਅਸ਼wini Sharma ਨੇ ਰੇਲਵੇ ਵੱਲੋਂ ਕੀਤੇ ਗਏ ਇਸ ਯਤਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇੱਕ ਚੰਗਾ ਯਤਨ ਹੈ ਜਿਸ ਨਾਲ ਪੂਰਾ ਦੇਸ਼ ਇੱਕ ਕڑی ਚ ਜੁੜੇਗਾ। ਕਾਂਲੀ ਤੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਪੰਜਾਬ ਸਮਰਿੱਧ ਹੋਏ ਸੁਭृਡ ਹੋਏ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਪੰਜਾਬ ਤੇ ਮੇਰੇ ਦੇਸ਼ ਤੇ ਔਰ ਵਿਸ਼ੇਸ਼ ਕਰਕੇ ਨਰਿੰਦਰ ਭਾਈ ਮੋਦੀ ਤੇ ਭਗਵਾਨ ਰਾਮ ਦੀ ਕਿਰਪਾ ਔਰ ਅੱਜ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਆ ਰਾਮ ਜਨਮ ਭੂਮੀ ਦਰਸ਼ਨ ਦੇ ਬਹੁਤ ਹੀ ਅੱਛਾ ਆਇਆ ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ ਠੀਕ ਹੈ ਜੀ ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਿੰਮ ਚਲਾਈ ਹੈ ਬਹੁਤ ਵਧੀਆ ਹੈ ਇਹਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨ ਕਰ ਸਕਦਾ ਹੈ ਕੈਨੇਡਾ ਦੀਆਂ ਚੋਣਾਂ 'ਚ ਪਰਦੇ ਦੀ ਦਖਲਅੰਦਾਜ਼ੀ ਦੇ ਮੁੱਦੇ ਨੂੰ ਰੱਦ ਕਰਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਮਾਮਲਿਆਂ 'ਚ ਦਖਲ ਦੇਣਾ ਭਾਰਤ ਦੀ ਨੀਤੀ ਨਹੀਂ ਇਸ ਦੇ ਉਲਟ ਇਹ ਕੈਨੇਡਾ ਹੈ ਜਿਹੜਾ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। indian interference in canadian elections it is not government of india's policy to interfere in democratic processes of other countries in fact quite on the reverse it is canada which has been interfering in our internal affairs we have been raising this issue regularly with them we continue to call on canada to take effective measures to address our core concerns ਪੱਛਮੀ ਕਮਾਂਡ ਇਨਵੈਸਟੀਚਰ ਸਮਾਰੋਹ 2024 ਪਲਕੇਪਿੰਗ ਬਿੰਗ ਡੁਬੀਚ ਆਯੋਜਿਤ ਕੀਤਾ ਜਾਵੇਗਾ ਸਮਾਰੋਹ ਦੌਰਾਨ ਪਾਰਤੀ ਫੌਜ ਦੇ ਬਹਾਦਰ ਜਵਾਨਾਂ ਵਿੱਚ ਲਖਨ ਕਰਮਚਾਰੀਆਂ ਤੇ ਸਰਬੋਤਮ ਯੂਨਿਟਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇੱਕ ਰੱਖਿਆ ਬੁਲਾਰੇ ਨੇ ਕਿਹਾ ਕਿ ਪੱਛਮੀ ਕਮਾਂਡ ਦੇ ਜੀਓਸੀ ਐਨਸੀ ਲੈਫਟਿਨੈਂਟ ਜਨਰਲ ਆਰਸੀ ਦਿਵਾੜੀ ਈਸਟਰਨ ਕਮਾਂਡ ਦੇ ਬਹਾਦਰ ਜਵਾਨਾਂ ਨੂੰ ਬਹਾਦਰੀ ਅਤੇ ਵਿਲੱਖਣ ਸੇਵਾ ਪੁਰਸਕਾਰ ਪ੍ਰਦਾਨ ਕਰਨ ਦੇ ਸਮਾਰੋਹ ਦੌਰਾਨ ਬਹਾਦਰੀ ਲਈ 20 ਸੈਨਾ ਮੈਡਲਾਂ ਦੋ ਵਿਸ਼ੇਸ਼ ਸੈਨਾ ਮੈਡਲਾਂ ਅਤੇ ਚਾਰ ਵਿਸ਼ੇਸ਼ ਸੇਵਾ ਮੈਡਲਾਂ ਸਮੇਤ 26 ਬਹਾਦਰ ਸੈਨਿਕਾਂ ਨੂੰ ਸਨਮਾਨਿਤ ਕੀਤਾ ਉਹ ਯੂਨਿਟਾਂ ਨੂੰ COAS ਯੂਨਿਟ ਪ੍ਰਸ਼ੰਸਾ ਤੇ 32 ਯੂਨਿਟਾਂ ਨੂੰ GOC IN CIS EASTERN ਕਮਾਂਡ ਯੂਨਿਟ ਪ੍ਰਸ਼ੰਸਾ ਪੱત્રਾਂ ਨਾਲ ਸਨਮਾਨਿਤ ਕੀਤਾ ਜਾਪੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਪਸ਼ੂ ਪਾਲਣ ਮੱਛੀ ਪਾਲਣ ਕੋੜੇ ਪਾਲਣ ਅਤੇ ਡੇਰੀ ਨਾਲ ਸੰਬੰਧਿਤ ਕਿੱਤੇ ਅਪਣਾਉਣ ਦੇ ਬਾਕ후 ਗਰੁੱਜਗਾਰ ਕਿੱਤਿਆਂ ਪ੍ਰਤੀ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ ਹੈ ਚੰਡੀਗੜ੍ਹ ਚ ਬਾਕ후 ਕਿੱਤਿਆਂ ਦੇ ਮਾਹਿਰ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਗੁਰੂ ਅੰਗਰ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਨਾਲ ਇੱਕ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਸਹਾਇਕ ਕਿੱਤਿਆਂ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਨੂੰ ਇਸ ਲੀਗ ਸੰਜੀ ਤਜਵੀਜ਼ ਤਿਆਰ ਕਰਨ ਲਈ ਬੀ ਗਿਆ ਪੰਜਾਬ ਦੇ ਨਵੀ ਅਤੇ ਨਿਵਾਉਣ ਯੋਗ ਊਰਜਾ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਚ ਗ੍ਰੀਨ ਊਰਜਾ ਦੇ ਉਤਪਾਦਨ ਨੂੰ ਹੋਰ ਵਧਾਉਣ ਲਈ ਇਸ ਸਾਲ ਦੇ ਅੰਤ ਤੱਕ 79 ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ 7 ਕੰਪਰੈਸਡ ਬਾਇਓ ਗੈਸ ਪ੍ਰੋਜੈਕਟ ਸੀਬੀਜੀ ਸ਼ੁਰੂ ਕਰ ਦਿੱਤੇ ਜਾਣਗੇ ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਉਹਨਾਂ ਦੱਸੇ ਕਿ ਇਹਨਾਂ ਪ੍ਰੋਜੈਕਟਾਂ ਚ 272000 ਟਨ ਚੋਨੇ ਦੀ ਪ੍ਰਾਲੀ ਦੀ ਖਪਤ ਹੋਵੇਗੀ ਤੇ ਇਹ ਪ੍ਰੋਜੈਕਟ ਸੂਬੇ ਚ ਪ੍ਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਤੋਂ ਇਲਾਵਾ ਕੁਦਰਤੀ ਅਤੇ ਸਾਫ਼ ਸੁਥਰੀ ਊਰਜਾ ਦੇ ਉਤਪਾਦਨ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਚ ਮਦਦ ਕਰਨਗੇ ਉਹਨਾਂ ਇਰਵਤੀ ਬਾਲਨ ਤੇ ਨਿਰਪਰਤਾ ਘਟਾਉਣ ਲਈ ਗ੍ਰੀਨ ਹਾਈਡਰੋਜਨ ਨੀਤੀ ਵੀ ਵਿਧਾਰ ਕੀਤੀ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਸੂਬੇ ਦੀਆਂ 101 ਸਰਕਾਰੀ ਇਮਾਰਤਾਂ ਨੂੰ ਸੋਲਰ ਪੈਨਲਾਂ ਨਾਲ ਲੈਸ ਕੀਤਾ ਗਿਆ ਤੇ ਪੀਡਬਲੂਈ ਇਸ ਸਾਲ 897 ਹੋਰ ਸਰਕਾਰੀ ਇਮਾਰਤਾਂ ਨੂੰ ਸੋਲਰ ਪੈਨਲਾਂ ਨਾਲ ਲੈਸ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਭਾਰਤ ਨੇ ਟੋਕਾਚੇ ਖੇਡੇਗੇ ਚਾਰ ਦੇਸ਼ਾਂ ਦੀ ਸੈਫ ਅੰਡਰ 19 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਨਿਰਧਾਰਿਤ ਸਮੇਟਕ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ 1-1 ਦੀ ਬਰਾਬਰੀ ਤੇ ਰਿਹਾ ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਦੋਹਾਂ ਟੀਮਾਂ ਦੇ ਸਾਰੇ ਹੀ 11 ਖਿਡਾਰੀਆਂ ਨੇ ਆਪਣੇ ਆਪਣੇ ਪੈਨਲਟੀ ਸ਼ੂਟਆਊਟ ਨੂੰ ਗੋਲ ਵਿੱਚ ਬਦਲੇ ਇਸ ਤੋਂ ਪਹਿਲਾਂ ਸਿਵਾਨੀ ਦੇਵੀ ਨੇ 8ਵੇਂ ਮਿੰਟ 'ਚ ਭਾਰਤ ਨੂੰ ਬੜਤ ਦਿਵਾ ਦਿੱਤੀ ਤੇ ਭਾਰਤ ਨੇ ਪੂਰੇ ਪੈਨਲਟੀ ਸ਼ੂਟਆਊਟ ਦੇ ਮੁਕਾਬਲੇ ਤੱਕ ਆਪਣੀ ਬੜਤ ਬਣਾਈ ਰੱਖੀ ਬੰਗਲਾਦੇਸ਼ ਦੀ ਸਗੁਰਿਕਾ ਨੇ ਵਾਧੂ ਸਮੇਂ 'ਚ ਗੋਲ ਕਰਕੇ ਮੈਚ ਨੂੰ 1- ਦਾ ਫੈਸਲਾ ਕੀਤਾ ਗਿਆ ਤੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆ ਰਿਓ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਨ ਖਤਮ ਹੁੰਦਾ ਹੈ ਇਜਾਜ਼ਤਿਓ ਨਮਸਕਾਰ